ਹਰ 6 ਜੂਨ ਆਪਰੇਸ਼ਨ ਨੀਲਾ ਤਾਰਾ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਦਿਖਦਾ ਹੀ ਦਿਨ। ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ, ਸਮਾਗਮ ਵੀ ਕੀਤੇ ਗਏ। ਮੈਂ ਜਗਤਾਰ ਸਿੰਘ ਸਿੱਧੂ ਗਲੋਬਲ ਪੰਜਾਬ ਟੀਵੀ ਤੇ ਲੈਸਨਸ ਫਰਮ 84 ਤੇ ਬਹਿਸ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਅਸੀਂ ਲਾਈਵ ਲੈ ਕੇ ਚੱਲ ਰਹੇ ਹਾਂ। ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਅੱਜ ਤੋਂ 30 ਸਾਲ ਪਹਿਲਾਂ ਜਦੋਂ ਹਿੰਦੁਸਤਾਨ ਦੀ ਫੌਜ ਨੇ ਉਸ ਪਵਿੱਤਰ ਸਥਾਨ 'ਤੇ ਹਮਲਾ ਕੀਤਾ, ਧਰਤੀ 'ਤੇ ਆਸਮਾਨ ਕੰਬ ਉੱਠਿਆ। ਉਹਨਾਂ ਦਿਨਾਂ ਦੀਆਂ ਦੁਖਨਾਈ ਘਟਨਾਵਾਂ, ਉਹਨਾਂ ਦਿਨਾਂ ਦੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਕੈਂਪਸ ਦੇ ਵਿੱਚ ਦੇਖੇ ਜਾ ਸਕਦੇ ਨੇ। ਸਦੀਆਂ ਬੀਤਣ ਦੇ ਬਾਅਦ ਵੀ ਇਹਨਾਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਇਹ ਕੋਈ ਨਹੀਂ ਦੱਸ ਸਕਦਾ ਕਿ ਜਿਹੜਾ ਪਵਿੱਤਰ ਸਰੋਵਰ ਮਨੁੱਖਤਾ ਦੀ ਜ਼ਿੰਦਗੀ ਬਖਸ਼ਦਾ ਹੈ, ਉਹ ਪਵਿੱਤਰ ਸਰੋਵਰ ਖੂਨ ਦੇ ਨਾਲ ਲੱਥ-ਪੱਥ ਕਿਉਂ ਹੋ ਗਿਆ। ਮੈਂ ਇਹਨਾਂ ਘਟਨਾਵਾਂ 'ਚ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਇੰਨਾ ਹੀ ਕਹਾਂਗਾ ਕਿ ਮੀਰੀ ਦੇ ਪੀਰੀ ਦੇ ਸਿਧਾਂਤ ਦੁਨੀਆ 'ਚ ਸ਼ਾਨੋ ਸ਼ੌਕਤ ਰੱਖਣ ਵਾਲਾ ਅਕਾਲ ਤਖ਼ਤ ਸਾਹਿਬ ਛਲਣੀ ਛਲਣੀ ਹੋ ਗਿਆ। ਬਹੁਤ ਸਾਰੇ ਸਵਾਲ ਨੇ ਜਿਹੜੇ ਤੁਹਾਡੇ ਅਤੇ ਸਾਡੇ ਸਾਰੇ ਮਨਾਂ ਦੇ ਵਿੱਚ ਜੁੜੇ ਹੋਏ ਹੈ। ਅੱਜ ਸਾਡੇ ਨਾਲ ਇਹਨਾਂ ਮੁੱਦਿਆਂ ਨੂੰ ਲੈ ਕੇ ਬ੍ਰਿਗੇਡੀਅਰ ਓਮਕਾਰ ਸਿੰਘ ਗੁਰਾਇਆਂ ਜੁੜੇ ਹੋਏ ਨੇ। ਗੁਰਾਇਆ ਸਾਹਿਬ, ਤੁਸੀਂ ਆਪਰੇਸ਼ਨ ਬਲੀਊ ਸਟਾਰ ਤੋਂ ਪਿੱਛੋਂ ਦਾ ਤੁਹਾਡਾ ਰੋਲ ਸ਼ੁਰੂ ਹੁੰਦਾ ਹੈ, ਪਰ ਤੁਸੀਂ ਬਹੁਤ ਕੁਝ ਦੇਖਿਆ ਔਰ ਲਿਖਿਆ ਵੀ ਹੈ, ਤੁਸੀਂ ਕਿਤਾਬ ਵੀ ਲਿਖੀ ਹੈ। ਉਸ ਕਿਤਾਬ ਦੇ ਵਿੱਚ ਤੁਸੀਂ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਮੈਂ ਸੱਚੀਆਂ ਗੱਲਾਂ ਕਹਿਣ ਦਾ ਯਤਨ ਕੀਤਾ। ਮੈਂ ਇਹ ਕਹਾਂਗਾ ਕਿ ਪੂਰਾ ਸੱਚ ਤਾਂ ਅਕਾਲ ਪੁਰਖ ਹੀ ਜਾਣਦਾ ਹੈ, ਪਰ ਇਨਸਾਨ ਹੋਣ ਦੇ ਨਾਤੇ ਜੋ ਤੁਸੀਂ ਸੱਚੀ ਗੱਲ ਕਹਿਣ ਦਾ ਦਾਅਵਾ ਕਰਦੇ ਹੋ, ਮੈਂ ਗੱਲ ਇੱਥੋਂ ਸ਼ੁਰੂ ਕਰਦਾ ਕਿ ਤੁਹਾਡੀ ਡਿਵੀਜ਼ਨ 15 ਡਿਵੀਜ਼ਨ ਜਿਹੜੀ ਕਿ ਅੰਮ੍ਰਿਤਸਰ ਦੇ ਵਿੱਚ ਬੇਸ ਸੀ, ਉਹਦੀ ਥਾਂ ਦੇ ਉੱਤੇ ਮੇਰਠ ਦੀ ਜਿਹੜੀ 9 ਡਿਵੀਜ਼ਨ ਹੈਗੀ ਆ ਉਹ ਕਿਉਂ ਲੈਂਦੀ ਗਈ? ਤੁਹਾਨੂੰ ਰੋਲ ਕਿਉਂ ਨਹੀਂ ਦਿੱਤਾ ਗਿਆ? ਕੀ ਤੁਹਾਨੂੰ ਸ਼ੱਕ ਦੀ ਨਜ਼ਰਾਂ ਨਾਲ ਦੇਖਿਆ ਗਿਆ ਜਾਂ ਕੋਈ ਇਸਦੇ ਹੋਰ ਕਾਰਨ ਸਨ? ਕੁਛ ਲੋਕਾਂ ਦੇ ਦਿਲ ਦੇ ਵਿੱਚ ਇਹ ਸ਼ੱਕ ਹੈ ਕਿ ਮੇਰਾ ਜੋ ਜਰਨੈਲ ਸੀ, ਜਨਰਲ ਜੰਮਾਲ ਜੀ, 15 ਡਿਵੀਜ਼ਨ ਦਾ GO ਸੀ ਜੀ, ਕਿ ਉਹਨਾਂ ਨੂੰ ਪਹਿਲਾਂ ਕਿਹਾ ਗਿਆ ਇਹ ਕੰਮ ਕਰਨ ਵਾਸਤੇ ਅਤੇ ਉਹਨਾਂ ਨੇ ਮਨ੍ਹਾ ਕਰ ਦਿੱਤਾ ਜੀ। ਇਹ ਗੱਲ ਬਿਲਕੁਲ ਗਲਤ ਹੈ ਜੀ। ਇਹ ਰੋਲ 15 ਡਿਵੀਜ਼ਨ ਨੂੰ ਕਦੀ ਦਿੱਤਾ ਹੀ ਨਹੀਂ ਗਿਆ। ਉਸ ਦੀਆਂ 3 ਵਜ੍ਹਾ ਸਨ। ਪਹਿਲੀ ਵਜ੍ਹਾ ਕਿ 15 ਡਿਵੀਜ਼ਨ ਦਾ ਜਿਹੜਾ ਓਪਰੇਸ਼ਨਲ ਰੋਲ ਹੈ ਉਹ ਪਾਕਿਸਤਾਨ ਬਾਰਡਰ ਦੇ ਉੱਤੇ ਸੀ, ਅਤੇ ਇਸ ਮੌਕੇ 'ਤੇ ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਇੱਕ ਐਡਾ ਵੱਡਾ ਓਪਰੇਸ਼ਨ ਕਰਨਾ ਸੀ, ਪਾਕਿਸਤਾਨ ਵੱਲੋਂ ਵੀ ਸਾਨੂੰ ਕੋਈ ਖਤਰਾ ਸੀ ਕਿ ਉੱਧਰੋਂ ਕੋਈ ਛੇੜਖਾਨੀ ਨਾ ਹੋ ਜਾਏ, ਤਾਂ ਸਾਡੀ ਡਿਵੀਜ਼ਨ ਜਿਹੜੀ 15 ਡਿਵੀਜ਼ਨ ਬਾਰਡਰ ਦੇ ਉੱਤੇ ਪੂਰੀ ਤਾਇਨਾਤ ਸੀ, ਕਿਉਂਕਿ ਸਾਡਾ ਰੋਲ ਪ੍ਰਾਇਮਰੀ ਰੋਲ ਮੁੱਖ ਰੋਲ ਉੱਥੇ ਸੀ, ਇਸ ਕਰਕੇ ਸਾਡੀ ਡਿਵੀਜ਼ਨ ਨੂੰ ਉਹ ਰੋਲ ਉੱਥੇ ਲੱਗਣਾ ਪਿਆ ਜੀ। ਦੂਸਰੀ ਚੀਜ਼, ਜਦੋਂ ਵੀ ਫੌਜ ਕਿਸੇ ਏਰੀਆ ਦੇ ਵਿੱਚ ਕੋਈ ਓਪਰੇਸ਼ਨ ਕਰਦੀ ਹੈ, ਜਿਸ ਤਰ੍ਹਾਂ ਕਿ 65 ਦੇ ਵਿੱਚ, 71 ਦੇ ਵਿੱਚ 15 ਡਿਵੀਜ਼ਨ ਨੇ ਉਸ ਇਲਾਕੇ ਦੇ ਵਿੱਚ ਲੜਾਈ ਲੜੀ ਹੈ ਪਾਕਿਸਤਾਨੀਆਂ ਦੇ ਨਾਲ, ਸਾਡੇ ਪੰਜਾਬੀ ਭਰਾ ਪਿੰਡਾਂ ਦੇ ਭਰਾ ਜਿਹੜੇ ਉੱਥੇ ਲੜਾਈ ਦੇ ਵਿੱਚ ਅੱਗੇ ਵਾਲੇ ਮੋਰਚਿਆਂ ਦੇ ਵਿੱਚ ਦੁੱਧ ਅਤੇ ਲੱਸੀਆਂ ਅਤੇ ਪਰੌਂਠੇ ਲੈ ਕੇ ਪਹੁੰਚੇ ਸੀ। ਬਿਲਕੁਲ, ਕਿਉਂਕਿ ਉਹਨਾਂ ਦੀ ਪੂਰੀ ਹਮਦਰਦੀ ਫੌਜ ਦੇ ਨਾਲ ਸੀ। ਅਗਰ ਕੱਲ੍ਹ ਨੂੰ ਦੁਬਾਰਾ ਫਿਰ ਲੜਾਈ ਉਸ ਇਲਾਕੇ 'ਚ ਲੜਨੀ ਪੈਂਦੀ ਸਾਨੂੰ ਪਾਕਿਸਤਾਨ ਦੇ ਨਾਲ, ਅਤੇ ਕੀ ਉਹ ਲੋਕ ਸਾਡੀ ਮਦਦ ਕਰਨਗੇ? ਕੀ ਲੋਕ ਸਾਨੂੰ ਉਸੇ ਤਰ੍ਹਾਂ ਸੁਨੇਹ ਦੇਣਗੇ ਜਿਸ ਤਰ੍ਹਾਂ ਉਹਨਾਂ ਨੇ 65 ਤੇ 71? ਪਰ ਬ੍ਰਿਗੇਡ ਸਾਹਿਬ, ਮੈਂ ਤੁਹਾਡੇ 'ਤੇ ਇਸ ਗੱਲ ਨਾਲ ਥੋੜ੍ਹਾ ਜਿਹਾ ਡਿਫਰ ਕਰਦਾ। ਦੇਖੋ, ਮੈਂ ਜਰਨਲਿਸਟ ਹੈ, ਮੈਂ ਜਰਨਲਿਸਟ ਏ ਹੈ, ਬੀ ਹੈ, ਜਰਨਲਿਸਟ ਇੱਕ ਕਮਿਊਨਿਟੀ ਹੈ। ਫੌਜ ਜਿਹੜੀ ਹੈਗੀ ਹੈ ਇੱਕ ਦੇਸ਼ ਨੂੰ ਰੀਪ੍ਰਜੈਂਟ ਕਰਦੀ ਹੈ, ਚਾਹੇ ਉਹ 15 ਡਿਵੀਜ਼ਨ ਹੈ ਚਾਹੇ 9 ਡਿਵੀਜ਼ਨ ਹੈ। ਜਦੋਂ ਫੌਜ ਦੀ ਗੱਲ ਆਈ ਤਾਂ ਤੁਸੀਂ ਬਿਲਕੁਲ ਜਿਹੜੀ ਗੱਲ ਕਰ ਰਹੇ ਹੋ ਬੜੀ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਪੰਜਾਬੀਆਂ ਨੇ ਮੋਰਚਿਆਂ ਦੇ ਉੱਤੇ ਲੱਸੀਆਂ ਪਹੁੰਚਾਈਆਂ, ਰੋਟੀਆਂ ਦਿੱਤੀਆਂ, ਫੌਜਾਂ ਦੀ ਮਦਦ ਕੀਤੀ, ਉਨਾ ਹੀ ਪੰਜਾਬੀਆਂ ਦਾ ਜਿਹੜਾ ਮੱਕਾ ਸਭ ਤੋਂ ਪਵਿੱਤਰ ਸਥਾਨ ਹੈ, ਉਸ ਸਥਾਨ ਦੇ ਉੱਤੇ ਟੈਂਕਾਂ ਦੇ ਨਾਲ ਚੜ੍ਹਾਈ ਕਰਨੀ, ਫੌਜ ਦਾ ਏ ਯੂਨਿਟ ਹੋਵੇ ਜਾਂ ਬੀ ਯੂਨਿਟ ਹੋਵੇ, ਇਹਦਾ ਮੈਸੇਜ ਕੀ ਜਾਏਗਾ? ਉਸ ਗੱਲ 'ਤੇ ਆਪਾਂ ਬਾਅਦ 'ਚ ਆਉਂਦੇ ਹਾਂ ਥੋੜ੍ਹੀ ਦੇਰ, ਕਿ ਅਕਾਲ ਤਖ਼ਤ ਦੇ ਉੱਤੇ ਚੜ੍ਹਾਈ ਕੀਤੀ ਜਾਂ ਅਕਾਲ ਤਖ਼ਤ ਦੇ ਉੱਤੇ ਚੜ੍ਹਾਈ ਕਰਨ ਦਾ ਮਜਬੂਰ ਕੀਤਾ ਗਿਆ ਜੀ। ਜੀ, ਇਹ ਜਾਣ ਬੁੱਝ ਕੇ ਕੋਈ ਇਹੋ ਜਿਹੀ ਸਕੀਮ ਨਹੀਂ ਸੀ ਗੌਰਮੈਂਟ ਦੀ ਕਿ ਅਕਾਲ ਤਖ਼ਤ ਦੇ ਸਾਡਾ ਟਾਰਗੇਟ। ਤੁਸੀਂ ਉਸ ਗੱਲ ਨੂੰ ਮੁਕੰਮਲ ਕਰ ਰਹੇ ਸੀਗੇ ਕਿ ਵੀ ਜਿਹੜੀ 9 ਨੰਬਰ ਡਿਵੀਜ਼ਨ ਹੈਗੀ ਹੈ ਉਸ ਨੂੰ ਰੋਲ ਕਿਉਂ ਦਿੱਤਾ ਗਿਆ, 15 ਨੰਬਰ ਡਿਵੀਜ਼ਨ ਨੂੰ ਕਿਉਂ ਨਹੀਂ ਦਿੱਤਾ ਗਿਆ? ਸੋ ਮੁੱਖ ਵਜ੍ਹਾ ਇਹ ਸੀ ਕਿ 15 ਡਿਵੀਜ਼ਨ ਦਾ ਰੋਲ ਜਿਹੜਾ ਸੀ ਪਾਕਿਸਤਾਨ ਬਾਰਡਰ ਨੂੰ ਸੰਭਾਲਣਾ ਸੀਗਾ ਜੀ, ਔਰ ਦੂਸਰਾ ਕਿਉਂਕਿ 15 ਡਿਵੀਜ਼ਨ ਨੇ ਹਮੇਸ਼ਾ ਅੰਮ੍ਰਿਤਸਰ ਗੁਰਦਾਸਪੁਰ ਇਲਾਕੇ ਦੇ ਵਿੱਚ ਲੜਾਈ ਲੜਨੀ ਹੈ, ਜਦੋਂ ਵੀ ਲੜਨੀ ਹੈ ਅੱਗੇ ਲੜੀ ਜਾਣੀਆਂ 2 ਲੜਾਈਆਂ, ਅਤੇ ਇਸ ਕਰਕੇ ਉਸ ਇਲਾਕੇ ਦੇ ਵਿੱਚ ਜੋ ਉਹਨਾਂ ਦਾ ਇੰਪ੍ਰੈਸ਼ਨ ਹੈ, ਲੋਕਾਂ ਦੇ ਨਾਲ ਜੋ ਤਾਲਮੇਲ ਹੈ, ਜੋ ਹਮਦਰਦੀ ਹੈ, ਉਹ ਬਣੀ ਰਹੇ। ਅਗਰ 15 ਡਿਵੀਜ਼ਨ ਜਿਨ੍ਹਾਂ ਨੇ ਫੋਰਮੇਸ਼ਨ ਸਾਈਨ ਉੱਥੇ ਪੈਂਥਰ ਦਾ ਲਗਾਇਆ,
ਦੁਬਾਰਾ ਕੋਈ ਵੀ ਇਨਸਾਨ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ, ਜਦੋਂ ਉਹ ਪੈਂਥਰ ਦਾ ਦੇਖੇਗਾ ਉਹਦਾ ਦਿਲ ਕਰਦਾ ਗੋਲੀ ਮਾਰਾਂ ਇਹਨਾਂ ਨੂੰ, ਪੈਂਥਰ ਵਾਲਿਆਂ ਨੂੰ। ਸੋ ਇਸ ਕਰਕੇ 15 ਡਿਵੀਜ਼ਨ ਦਾ ਕੰਮ ਸੀ, ਸਾਨੂੰ ਕੰਮ ਬਹੁਤ ਅੱਛਾ ਰੋਲ ਦਿੱਤਾ ਗਿਆ ਸਾਡੀ ਡਿਵੀਜ਼ਨ ਨੂੰ, ਤੋੜ ਫੋੜ ਦਾ ਨਹੀਂ। ਜਦੋਂ ਜ਼ਖਮੀ ਹੋਏ, ਜੋ ਤੋੜ ਫੋੜ ਹੋਈ ਉਹਨੂੰ ਮਰਮ ਪੱਟੀ ਲਾਉਣ ਵਾਸਤੇ ਇਹ ਰੋਲ ਸਾਨੂੰ ਦਿੱਤਾ ਗਿਆ 15 ਡਿਵੀਜ਼ਨ ਨੂੰ। ਇਹ ਇਸ ਚੀਜ਼ 'ਚ ਮੈਂ ਫਖਰ ਨਾਲ ਕਹਿੰਦਾ ਕਿ ਮੇਰੇ ਵਾਸਤੇ ਖਾਸ ਤੌਰ 'ਤੇ ਇਹ ਸਾਰਾ ਭਾਰ ਮੇਰੇ ਉੱਤੇ ਆਇਆ ਸੀ, ਅਤੇ ਕਿਉਂਕਿ ਇਹ ਰੋਲ ਸਾਨੂੰ ਦਿੱਤਾ ਗਿਆ ਅਤੇ ਮੈਂ ਉਸ ਰੋਲ ਨੂੰ ਆਪਣੀ ਪੂਰੀ ਕੋਸ਼ਿਸ਼ ਨਾਲ ਪੂਰਾ ਨਿਭਾਇਆ। ਔਰ ਮੈਂ ਕੋਸ਼ਿਸ਼ ਕੀਤੀ ਕਿ ਜਿੰਨੀਆਂ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਮੈਂ ਬਚਾਈਆਂ ਨੇ। ਜੀ ਕ੍ਰਿਕਟ ਸਰ, ਤੁਸੀਂ ਜਾਨਾਂ ਬਚਾਉਣ ਦੀ ਗੱਲ ਕਰਦੇ ਹੋ, ਸਾਰੇ ਆਪਾਂ ਉਸ ਇਸ਼ੂ ਦੇ ਉੱਤੇ ਵਾਰੀ ਵਾਰੀ ਆਉਂਦੇ ਹੈਗੇ ਹਾਂ, ਉਹਦੇ ਸਭ ਤੋਂ ਇੱਕ ਵੱਡਾ ਸਵਾਲ ਹੈ ਕਿ ਉਸ ਮੋਰਚੇ ਦੇ ਅੰਦਰ ਜਿਹੜੇ ਲੋਕ ਮਾਰੇ ਗਏ, ਸ਼ਹੀਦੀਆਂ ਪਾ ਗਏ, ਉਹ ਇੱਕ ਅਲੱਗ ਗੱਲ ਹੈਗੀ ਹੈ। ਉਸੇ ਕੈਂਪਸ ਦੇ ਅੰਦਰ ਹੀ ਜਿਹੜੀ ਟ੍ਰੈਡੀਸ਼ਨਲ ਅਕਾਲੀ ਲੀਡਰਸ਼ਿਪ ਸੀ, ਜਥੇਦਾਰ ਗੁਰਚਰਨ ਸਿੰਘ ਟੌੜਾ, ਦੂਜੀ ਲੀਡਰਸ਼ਿਪ ਸੰਤ ਹਰਚੰਦ ਸਿੰਘ ਲੌਂਗੋਵਾਲ, ਬਲਵੰਤ ਸਿੰਘ ਰਾਮੋਵਾਲੀਆ, ਮੇਰੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਬਾਹਰ ਕੱਢ ਕੇ ਲਿਆਉਣ ਦੇ 'ਚ ਤੁਹਾਡੀ ਵੀ ਬਹੁਤ ਵੱਡੀ ਭੂਮਿਕਾ ਸੀ, ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋਗੇ? ਇਹ ਸਭ ਤੋਂ ਪਹਿਲਾ ਕੰਮ ਮੈਨੂੰ ਇਹੋ ਹੀ ਦਿੱਤਾ ਗਿਆ। ਮੇਰੇ ਜਰਨੈਲ ਨੇ ਮੈਨੂੰ ਸਵੇਰੇ 9 ਵਜੇ ਕਰੀਬ ਬੁਲਾ ਕੇ ਕਿਹਾ ਕਿ ਉਸ ਵੇਲੇ ਲੜਾਈ ਚੱਲ ਰਹੀ ਸੀ, ਹਾਲੇ ਆਖਰੀ ਮਤਲਬ ਉਹਦਾ ਫੈਸਲਾ ਨਹੀਂ ਸੀ ਹੋਇਆ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਜਿਉਂਦਾ ਹੈ ਕਿ ਕੀ ਉਹਦਾ ਬਣਿਆ ਹੈ। ਅਤੇ ਇਹ ਪਤਾ ਸੀ ਕਿ ਕੁਛ ਅਕਾਲੀ ਲੀਡਰ, ਸਿੱਖ ਲੀਡਰ, ਜਿਹੜੇ ਸੀਨੀਅਰ ਲੀਡਰ, ਜਿਵੇਂ ਤੁਸੀਂ ਜਿਨ੍ਹਾਂ ਦੇ ਨਾਂ ਲਏ ਨੇ, ਲੌਂਗੋਵਾਲ, ਤੌੜਾ ਅਤੇ ਬਲਵੰਤ ਸਿੰਘ ਰਾਮੋਵਾਲੀਆ, ਫਿਰ ਸਾਰਿਆਂ ਦਾ ਪਤਾ ਨਹੀਂ ਸੀ ਕਿ ਇਹਨਾਂ ਦਾ ਕੀ ਹਾਲਤ ਹੋਇਆ ਹੈ ਕਿ ਕਿਤੇ ਇਹਨਾਂ ਦੇ ਪਿੱਛੇ ਇਹਨਾਂ ਇਹ ਵੀ ਤਨੀ ਵਿੱਚ ਮਾਰਿਆ ਗਿਆ। ਤੋ ਮੈਨੂੰ ਮੇਰੇ ਜਰਨੈਲ ਨੇ ਇਹ ਹੁਕਮ ਦਿੱਤਾ ਕਿ ਤੂੰ ਇਹਨਾਂ ਲੀਡਰਾਂ ਨੂੰ ਸੇਫਲੀ ਬੜੇ ਮਹਿਫੂਜ਼ ਤਰੀਕੇ ਦੇ ਨਾਲ ਕੱਢ ਕੇ ਲਿਆ ਕੇ ਅਤੇ ਕੰਟੋਨਮੈਂਟ ਦੇ ਵਿੱਚ ਇਹਨਾਂ ਨੂੰ ਰੱਖਣਾ। ਇਹ 6 ਜੂਨ ਤੋਂ ਬਾਅਦ ਦੀ ਗੱਲ ਕਰ ਰਹੇ ਹੋ? ਨਹੀਂ, 6 ਜੂਨ ਸਵੇਰੇ 9 ਵਜੇ ਦੀ ਗੱਲ ਜੀ। ਤੋ ਮੈਂ ਉਸੇ ਤੱਕ ਕੈਂਪਸ ਦੇ ਅੰਦਰ ਜਿਹੜੀ ਗੋਲੀ ਆ ਉਹ ਸ਼ਾਂਤ ਹੋ ਚੁੱਕੀ ਸੀ? ਨਹੀਂ, ਚੱਲ ਰਹੀ ਸੀ ਤਕਰੀਬਨ ਅਕਾਲ ਤਖ਼ਤ ਵਾਲੇ ਪਾਸੇ ਖੂਬ ਚੱਲ ਰਹੀ ਸੀ, ਅੱਗੇ ਲੜਾਈ ਚੱਲ ਰਹੀ ਸੀ, ਦੂਸਰੇ ਪਾਸੇ ਇੱਕੇ ਦੁੱਕੇ ਗੋਲੀਆਂ ਚੱਲ ਰਹੀਆਂ ਸੀ, ਤਕਰੀਬਨ ਸ਼ਾਂਤ ਹੋ ਚੁੱਕੀ। ਉਸ ਗੋਲਾਬਾਰੀ ਦੇ ਅੰਦਰ ਹੀ ਤੁਸੀਂ ਉਹਨਾਂ ਨੂੰ ਬਾਹਰ ਲੈ ਕੇ ਆਉਣ ਦੀ ਗੱਲ? ਹਾਂਜੀ, ਮੈਂ ਸਰਾਂ ਵਾਲੇ ਪਾਸਿਓਂ ਵੜਿਆ ਸੀ ਜੀ। ਉਸ ਪਾਸੇ ਹਲੇ ਕੋਈ ਇੱਕ ਦੁੱਕ ਗੋਲੀ ਚੱਲਦੀ ਸੀ, ਕੋਈ ਖਾਸ ਨਹੀਂ ਸੀ, ਸ਼ਾਂਤ ਹੋ ਚੁੱਕੀ ਸੀ। ਸੋ ਉਸ ਵੇਲੇ ਮੈਂ ਜਦੋਂ ਮੈਂ ਜਾਣ ਤੋਂ ਪਹਿਲਾਂ ਇੱਕ APC ਦਾ ਬੰਦੋਬਸਤ ਕੀਤਾ, ਮੈਂ ਉੱਥੇ ਬਾਹਰ ਖੜੀ ਕੀਤੀ ਹੈ। APC ਮਤਲਬ ਇਹ ਹੁੰਦੀ ਹੈ ਜ਼ਰਾ ਵਕਤ ਗੱਡੀ ਜਿਹਦੇ ਵਿੱਚ ਗੋਲੀ ਨਹੀਂ ਲੱਗ ਸਕਦੀ, ਛੋਟੇ ਹਥਿਆਰਾਂ ਦੀ ਗੋਲੀ ਨਹੀਂ ਲੱਗਦੀ। ਤੋ ਮੈਨੂੰ ਪਤਾ ਸੀ ਕਿ ਇਹਨਾਂ ਨੂੰ ਜੇ ਮੈਂ ਲੈ ਕੇ ਆਉਣਾ ਤਾਂ ਦੂਸਰੀ ਗੱਡੀ ਦੇ ਵਿੱਚ ਇਹਨਾਂ ਦੀ ਜਾਨ ਨੂੰ ਖਤਰਾ ਹੈ, ਉਹਦੇ ਨਾਲ ਮੈਨੂੰ ਵੀ ਖਤਰਾ ਹੋਏਗਾ। ਅਤੇ ਇਸ ਕਰਕੇ ਮੈਂ ਉਸ ਗੱਡੀ 'ਚ ਲਿਆਉਣ ਦਾ ਬੰਦੋਬਸਤ ਕੀਤਾ ਇਹਨਾਂ। ਅੱਗੋਂ ਜੇ ਤੁਸੀਂ ਟਾਈਮ ਹੈਗਾ ਤਾਂ ਮੈਂ ਤੁਹਾਨੂੰ ਦੱਸ ਸਕਦਾ। ਨਹੀਂ, ਤੁਸੀਂ ਕਰੋ ਗੱਲ, ਤੁਸੀਂ ਕਰੋ। ਹਾਂ, ਜਦੋਂ ਸਲਾਮ ਵਾਲੇ ਪਾਸਿਓਂ ਅਸੀਂ ਵੜੇ ਹਾਂ ਜੀ, ਮੇਰੇ ਨਾਲ ਇੱਕ ਹੋਰ ਕਰਨਲ ਸ਼ਰਮਾ ਸੀ, ਲੈਫਟਨ ਕਰਨ ਸ਼ਰਮਾ, ਉਹ ਮੇਰੀ ਹੈਲਪ ਕਰਨ ਵਾਸਤੇ, ਉਹਦੇ ਕੋਲ ਕੈਮਰਾ ਵੀ ਸੀ। ਅਤੇ ਅਸੀਂ ਜਦੋਂ ਸਲਾਮ ਵਾਲੇ ਪਾਸਿਓਂ ਵੜੇ ਹਾਂ ਅਤੇ ਉੱਥੇ ਦੇਖਿਆ ਕਿ ਜਿਹੜੀ ਇੱਕ ਤਾਂ ਬੜੀ ਵੱਡੀ ਟੈਂਕੀ ਸੀ ਪਾਣੀ ਦੀ, ਉਹ ਇੱਕ ਦਿਨ ਪਹਿਲਾਂ ਤੋਪਾਂ ਦੇ ਫਾਇਰ ਦੇ ਨਾਲ ਉਹ ਤੋੜ ਕੇ ਪਾਣੀ ਸਾਰਾ ਥੱਲੇ ਡਿੱਗ ਗਿਆ ਸੀ, ਅਤੇ ਕੁਛ ਲਾਸ਼ਾਂ ਉਹਦੇ ਵਿੱਚੋਂ ਉੱਥੇ ਮੋਰਚੇ ਸੀਗੇ, ਉਹ ਮੁੰਡੇ ਜਿਨ੍ਹਾਂ ਦੀਆਂ ਲਾਸ਼ਾਂ ਸੀ ਉਹ ਪਏ ਸੀ ਉੱਥੇ, ਹਾਲੇ ਕਿਸੇ ਨੇ ਚੁੱਕਿਆ ਨਹੀਂ, ਚੁੱਕਣਾ ਕਿੰਨੇ ਸੀ, ਚਿੱਕੜ ਚੁੱਕੜ ਸੀ, ਉਹਦੇ ਵਿੱਚੋਂ ਦੇ ਨਿਕਲ ਕੇ ਗਏ। ਅਤੇ ਅੱਗੇ ਜਿਹੜੀ ਸਰਾਂ ਦਾ ਵਿਹੜਾ ਹੈ ਜੀ, ਉਸ ਵਿਹੜੇ ਦੇ ਵਿੱਚ ਕੋਈ ਤਕਰੀਬਨ 200 ਆਦਮੀ, ਔਰਤਾਂ, ਬੁੱਢੇ, ਜਵਾਨ ਸਾਰੇ ਉੱਥੇ ਬੈਠੇ ਸੀ। ਗਰਮੀ ਬਹੁਤ ਸੀ, ਬਰਾਂਡਿਆਂ 'ਚ ਕੁਛ ਬੈਠੇ ਸੀ, ਕੁਛ ਫੌਜੀ ਉੱਥੇ ਸੀ। ਅੰਦਾਜ਼ਾ ਲਾਇਆ ਜਾ ਸਕਦਾ ਕਿ ਅੱਜ ਕੱਲ੍ਹ ਦੇ ਦਿਨ ਸੀ, ਇਹਨਾਂ ਦਿਨਾਂ ਦੇ 'ਚ ਗਰਮੀ ਕਿੰਨੀ ਹੋ ਸਕਦੀ? ਬਹੁਤ ਗਰਮੀ ਸੀ, ਉਹ ਗਰਮੀ ਜਿਵੇਂ ਅੱਜ ਹੈ, ਤੁਹਾਨੂੰ ਪੂਰੇ 30 ਸਾਲ ਹੋ ਗਏ ਨੇ। ਅਤੇ ਉੱਥੇ ਮੇਰੇ ਪਹੁੰਚਦੇ ਹੀ ਮੈਨੂੰ ਸਭ ਤੋਂ ਪਹਿਲਾਂ ਬੰਦਾ ਜਿਹੜਾ ਮਿਲਿਆ ਬਲਵੰਤ ਸਿੰਘ ਰਾਮੋਵਾਲੀਆ, ਮੈਂ ਉਹਨੂੰ ਪਛਾਣਦਾ ਨਹੀਂ ਸੀ, ਮੈਂ ਕਦੀ ਮਿਲਿਆ ਨਹੀਂ ਸੀ। ਤਾਂ ਉਹਨੇ ਆਪ ਜਾ ਕੇ ਇੰਟਰੋਡਿਊਸ ਕੀਤਾ, ਉਹਨੇ ਦੇਖਿਆ ਕਿ ਸਿੱਖ ਅਫਸਰ ਹੈ, ਤਾਂ ਉਹਨੇ ਆ ਕੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ, ਹੱਥ ਮਿਲਾਇਆ ਅਤੇ ਆਪਣਾ ਤਾਰਫ ਕੀਤਾ ਕਿ ਮੈਂ ਐਕਸ MP ਹਾਂ। ਮੈਂ ਕਿਹਾ ਬਹੁਤ ਅੱਛਾ ਜੀ। ਉਹਦੇ ਨਾਲ ਹੀ ਪਿੱਛੇ ਪਿੱਛੇ ਭਾਨ ਸਿੰਘ ਅਤੇ ਅਵਿਨਾਸ਼ੀ ਸਿੰਘ, 71 ਅਤੇ ਮੀਤ 71 SCPC ਦੇ, ਇਹ ਵੀ ਨਾਲ ਹੀ ਸੀ ਜੀ ਜੀ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਉਹ ਮੈਨੂੰ ਦੱਸਣ ਲੱਗੇ ਕਹਾਣੀ, ਮੈਂ ਕਿਹਾ ਉਹ ਕਹਾਣੀ ਮੈਨੂੰ ਬਾਕੀ ਹੋਰ ਦੱਸਿਓ ਬਾਅਦ ਦੇ ਵਿੱਚ, ਪਹਿਲਾਂ ਮੈਨੂੰ ਦੱਸੋ ਕਿ ਇਹ ਸਿੱਖ ਲੀਡਰ ਕਿੱਥੇ ਨੇ, ਮੈਂ ਉਹਨਾਂ ਨੂੰ ਲੈਣ ਆਇਆ। ਉਹਨੇ ਮੈਨੂੰ ਲੈ ਗਿਆ, ਇੱਕ ਕਮਰੇ ਦੇ ਵਿੱਚ ਬੈਠੇ ਸੀ, ਕਮਰਾ ਬਿਲਕੁਲ ਬੰਦ ਸੀ, ਕੋਈ ਲਾਈਟ ਨਹੀਂ ਸੀ, ਕੋਈ ਪੱਖਾ ਨਹੀਂ ਸੀ। ਅਤੇ ਉੱਥੇ ਮੈਨੂੰ ਦਰਵਾਜ਼ਾ ਖੋਲ੍ਹ ਕੇ ਅਤੇ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਪਹਿਲਾਂ ਤਾਂ ਹਨੇਰਾ ਸੀ, ਮੈਨੂੰ ਕੁਛ ਦੱਸਿਆ ਨਹੀਂ। ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਥੋੜ੍ਹੀ ਬਹੁਤ ਲਾਈਟ ਆਈ ਅਤੇ ਮੈਨੂੰ ਦਿਸ ਗਿਆ ਲੌਂਗੋਵਾਲ ਅਤੇ ਪ੍ਰਧਾਨ ਦੌੜਾ ਨੂੰ ਮੈਂ ਪਛਾਣ ਲਿਆ, ਬਾਕੀ ਹੋਰਾਂ ਨੂੰ ਮੈਂ ਪਛਾਣਦਾ ਨਹੀਂ ਜੀ। ਸੋ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਮੈਂ ਕਿਹਾ ਜੀ ਮੈਂ ਤੁਹਾਨੂੰ ਲੈਣ ਆਇਆ।
ਤਾਂ ਉਹਨਾਂ ਨੇ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੱਤਾ ਅਤੇ ਕਹਿੰਦੇ ਉੱਠ ਕੇ ਖੜ੍ਹੇ ਹੋ ਗਏ ਮੇਰੇ ਨਾਲ ਚੱਲਣ ਨੂੰ, ਕਹਿੰਦੇ ਕਿੱਥੇ ਲੈ ਕੇ ਜਾਣਾ, ਮੈਂ ਕਿਹਾ ਤੁਸੀਂ ਆ ਜਾਓ ਮੇਰੇ ਪਿੱਛੇ, ਅਤੇ ਇਸ ਤਰ੍ਹਾਂ ਉਹਨਾਂ ਨੂੰ ਮੈਂ ਲੈ ਕੇ ਆਇਆ। ਅਤੇ ਜਦੋਂ ਇਹ ਬਾਹਰ ਲਿਆ ਕੇ ਸਰਾਂ ਤੋਂ ਬਾਹਰ ਲਿਆ ਕੇ ਏ ਪੀ ਸੀ ਦੇ ਵਿੱਚ ਮੈਂ ਅੱਗੇ ਤੋੜਾ ਸਾਹਿਬ ਸੀ, ਤਾਂ ਮੈਂ ਕਿਹਾ ਬਾਬਾ ਜੀ ਅੰਦਰ ਵੜ ਜਾਓ, ਉਹਦਾ ਛੋਟਾ ਜਿਹਾ ਦਰਵਾਜ਼ਾ ਹੁੰਦਾ ਪਿਛਲੇ ਪਾਸੇ, ਮੈਂ ਕਿਹਾ ਅੰਦਰ ਵੜ ਜਾਓ। ਸੋ ਮੈਨੂੰ ਪੁੱਛਣ ਲੱਗੇ ਕਿ ਉਹਨਾਂ ਨੂੰ ਰੈਂਕ ਦਾ ਤਾਂ ਕੋਈ ਖਾਸ ਪਤਾ ਨਹੀਂ ਸੀ ਕਿ ਠਾਂ ਕਿੱਥੇ ਜਾ ਕੇ ਕਰਨਾ ਹੈ। ਸੋ ਮੈਂ ਕਿਹਾ ਬਾਬਾ ਜੀ ਠਾਂ ਥੋੜ੍ਹਾ ਸਾ ਤਾਂ ਸਵਾਲ ਸੀਗਾ ਕਿ ਉਹ ਔਖੀ ਤੋਂ ਔਖੀ ਹਾਲਤ 'ਚ ਵੀ ਇੱਦਾਂ ਦੀ ਗੱਲ ਕਹਿ ਸਕਦੇ ਸੀ। ਹਾਂ, ਮੈਂ ਕਿਹਾ ਨਹੀਂ, ਠਾਂ ਕਰਨ ਵਾਸਤੇ ਨਹੀਂ ਲਿਜਾ ਰਿਹਾ ਤੁਹਾਨੂੰ, ਕਿ ਮੈਂ ਵੀ ਉਸੇ ਗੁਰੂ ਦਾ ਸਿੱਖ ਹਾਂ ਜਿਹੜਾ ਜਿਹਨੂੰ ਤੁਸੀਂ ਮੰਨਦੇ ਹੋ, ਅਤੇ ਮੈਂ ਪੁਲਿਸ ਦਾ ਬੰਦਾ ਨਹੀਂ ਹਾਂ, ਮੈਂ ਫੌਜ ਦਾ ਬੰਦਾ, ਮੈਂ ਫੌਜ ਠਾਂ ਕਰਨ ਸਾਨੂੰ ਨਹੀਂ ਦੱਸਿਆ ਜਾਂਦਾ। ਬਿਲਕੁਲ ਸਰ, ਇੱਕ ਗੱਲ ਤੁਸੀਂ ਆਪਣੀ ਗੱਲ ਇੱਥੇ ਚੇਤੇ ਰੱਖੋ, ਬੜੀ ਇੰਪੋਰਟੈਂਟ ਮਾਮਲੇ ਦੇ ਉੱਤੇ ਬਹਿਸ ਆਪਣੀ ਪਹੁੰਚੀ ਹੈ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਹੈ ਉਹਨਾਂ ਦੀ, ਸਾਡੀ ਜਾਣਕਾਰੀ ਦੇ ਮੁਤਾਬਕ ਆਪਰੇਸ਼ਨ ਬਲਿਊ ਸਟਾਰ ਹੋਇਆ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਟੋੜਾ ਸਾਹਿਬ ਇਹ ਕਹਿ ਰਹੇ ਕਿ ਸਾਨੂੰ ਠਾਹ ਕਿੱਥੇ ਕਰਨਾ ਜਾ ਕੇ, ਇਹ ਗੱਲ ਬੜੀ ਸਾਫ਼ ਹੈ ਕਿ ਮੈਂ ਟੋੜਾ ਸਾਹਿਬ ਨੂੰ ਨਹੀਂ ਸੀ ਪਤਾ ਕਿ ਕੀ ਘਟਨਾਵਾਂ ਵਾਪਰੀਆਂ। ਉਸ ਵੇਲੇ ਨਹੀਂ ਹੋ ਸਕਦਾ, ਨਹੀਂ ਸੀ ਪਤਾ, ਕਿਉਂਕਿ ਇਹ ਸਾਰੇ ਸਰਾਂ ਔਰ ਜਿਹੜੀ ਦੂਸਰੀ ਕਿਹੜੀ ਬਿਲਡਿੰਗ ਸੀ ਐਸ ਜੀ ਪੀ ਸੀ ਬਿਲਡਿੰਗ, ਉਹਨਾਂ 'ਚ ਆਪਣੇ ਕਮਰੇ ਸਾਰੀ ਰਾਤ ਉੱਥੇ ਹੀ ਸੀਗੇ, ਉੱਥੇ ਵੀ ਲੜਾਈ ਹੁੰਦੀ ਰਹੀ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਦੂਜੇ ਪਾਸੇ ਕੀ ਹੋ ਰਿਹਾ ਅਕਾਲ ਤਖ਼ਤ ਵਾਲੇ ਪਾਸੇ। ਇਹਨਾਂ ਨੂੰ ਕੁਛ ਪਤਾ ਨਹੀਂ ਸੀ ਕਿ ਕਿੱਥੋਂ ਤਾਂ ਹੀ ਪਹੁੰਚਿਆ ਜਰਨੈਲ ਸਿੰਘ ਦਾ, ਕੀ ਹਾਲ ਹੈ ਕਿ ਨਹੀਂ ਹੈ, ਜਾਂ ਨਿਕਲ ਗਿਆ ਜਾਂ ਸਿਲੰਡਰ ਹੋ ਗਿਆ ਜਾਂ ਮਰ ਗਿਆ ਜਾਂ ਕੀ ਹੋਇਆ, ਇਹਨਾਂ ਨੂੰ ਕੁਛ ਪਤਾ ਨਹੀਂ ਸੀ ਮੇਰੇ ਹਿਸਾਬ ਨਾਲ, ਅਤੇ ਨਾ ਕੋਈ ਇੱਧਰੋਂ ਉੱਧਰ ਜਾ ਸਕਦਾ ਸੀ, ਨਾ ਉੱਧਰੋਂ ਇੱਧਰ ਆ ਕੇ ਇਹਨਾਂ ਨੂੰ ਖਬਰ ਦੇ ਸਕਦਾ ਸੀ। ਇਸ ਕਰਕੇ ਇੱਦਾਂ ਦੇ ਸੀ ਚਾਰ ਸਫੇਰੇ ਜਿਹੜੀ ਹੈਗੀ ਹੈ, ਬਲਕਿ ਇਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਜੀ ਉਹਦਾ ਕੀ ਹਾਲ ਹੈ, ਉਹ ਹੈਗਾ ਕਿ ਨਹੀਂ ਹੈਗਾ ਜੀ, ਇਹ ਤੌਲ ਸਾਹਿਬ ਨੇ ਪੁੱਛਿਆ ਜੀ। ਮੈਂ ਕਿਹਾ ਜੀ ਮੈਨੂੰ ਆਪ ਨਹੀਂ ਪਤਾ, ਮੈਂ ਤਾਂ ਹੁਣੇ ਆਇਆ ਅੰਦਰ ਆਇਆ, ਅਤੇ ਉਹ ਤਾਂ ਦੂਜੇ ਪਾਸੇ ਹਲੇ ਲੜਾਈ ਚੱਲ ਰਹੀ ਹੈ, ਅਤੇ ਉਹ ਬਾਅਦ 'ਚ ਪਤਾ ਕਰਾਂਗੇ ਮੈਨੂੰ ਆਪ। ਇਹ ਕੁਐਸਚਨ ਜਿਹੜਾ ਹੈਗਾ ਬਾਹਰ ਨਿਕਲਣ ਤੋਂ ਬਾਅਦ ਪਰਟੀਕੁਲਰ ਟੌੜਾ ਸਾਹਿਬ ਨੇ ਪੁੱਛਿਆ, ਇਹ ਮੈਨੂੰ ਯਾਦ ਨਹੀਂ ਪੱਕਾ ਕਿ ਤੌੜਾ ਸਾਹਿਬ ਨੇ ਜਾਂ ਤੌੜਾ ਸਾਹਿਬ ਨੇ ਪੁੱਛਿਆ ਸੀ, ਕਿਉਂਕਿ ਲੌਂਗੋਵਾਲ ਬਹੁਤ ਘੱਟ ਬੋਲਦੇ ਸੀ ਜੀ, ਮੈਂ ਉਹਨਾਂ ਦੀ ਇੰਟਰਵਿਊ ਵੀ ਲਈ ਹੈ, ਉਹਨਾਂ ਦਾ ਸੁਭਾਅ ਹੀ ਸੀਗਾ ਬਹੁਤ ਘੱਟ ਬੋਲਣ ਦਾ ਸੁਭਾਅ। ਬਿਲਕੁਲ ਜੀ, ਆਪਾਂ ਬ੍ਰਿਗੇਡੀਅਰ ਸਾਹਿਬ ਜਿਹੜਾ ਹੈਗਾ ਤੁਸੀਂ, ਚਲੋ ਉਸ ਤੋਂ ਬਾਅਦ 'ਚ ਉਹਨਾਂ ਨੂੰ ਬਾਹਰ ਲੈ ਕੇ ਜਾਣ ਦਾ ਅਲੱਗ ਇੱਕ ਇਸ਼ੂ ਹੈਗਾ, ਮੈਂ ਕਿਉਂਕਿ ਤੁਸੀਂ ਕੈਂਪਸ ਦੇ ਅੰਦਰ ਬਾਅਦ ਦੇ ਵਿੱਚ ਵੀ ਗਏ, ਮੈਂ ਜਾਣਨਾ ਚਾਹੁੰਦਾ ਤੁਸੀਂ ਆਪਣੀ ਬੁੱਕ ਦੇ ਵਿੱਚ ਵੀ ਨਰੇਟ ਕੀਤਾ ਕੁਛ, ਅੱਜ ਜਿਹੜੀ ਮੀਡੀਆ ਦੇ ਅੰਦਰ ਜਿਹੜੀ ਇਹਦੇ ਬਾਰੇ ਇਨਫੋਰਮੇਸ਼ਨ ਛਪੀ ਹੈ ਉਹਦੇ 'ਚ ਵੀ ਤੁਹਾਨੂੰ ਕੋਟ ਕੀਤਾ ਗਿਆ, ਅੰਦਰਲੇ ਜਿਹੜੇ ਕੈਂਪਸ ਦੇ ਹਾਲਾਤ ਸੀ, ਕਿਸ ਢੰਗ ਦੇ ਨਾਲ ਲਾਸ਼ਾਂ ਪਈਆਂ ਸੀ, ਕਿਸ ਤਰ੍ਹਾਂ ਉਸ ਪਵਿੱਤਰ ਥਾਂ 'ਤੇ ਬਦਬੂ ਫੈਲੀ ਹੋਈ ਸੀ, ਡੀ ਡੀ ਟੀ ਛਿੜਕੀ ਹੋਈ ਸੀ, ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ। ਅੱਛਾ, ਉਸ ਵੇਲੇ ਤਾਂ ਜਿਹੜਾ ਸਰਾਂ ਦਾ ਏਰੀਆ ਮੈਂ ਦੇਖਿਆ, ਅਤੇ ਕਿਉਂਕਿ ਮੈਨੂੰ ਜਲਦੀ ਸੀ ਕਿ ਇਹਨਾਂ ਨੂੰ ਸੇਫ ਜਗ੍ਹਾ 'ਤੇ, ਇਹਨਾਂ ਨੂੰ ਮਹਿਫੂਜ਼ ਜਗ੍ਹਾ 'ਤੇ ਪਹੁੰਚਾ ਦੇਵਾਂ, ਉਸ ਤੋਂ ਬਾਅਦ ਮੈਂ ਬਾਕੀ ਦੇਖਾਂਗਾ ਹੋਰ ਕੀ ਕੁਛ ਕਰਨਾ ਜੀ। ਉਹਨਾਂ ਨੂੰ ਵਾਪਸ ਲਿਜਾ ਕੇ ਛਾਉਣੀ ਦੇ ਵਿੱਚ ਇਹਨਾਂ ਨੂੰ ਇੰਸਪੈਕਸ਼ਨ ਮਿਲ ਲਓ, ਉੱਥੇ ਇਹਨਾਂ ਨੂੰ ਛੱਡ ਕੇ ਇੱਕ ਏਅਰ ਕੰਡੀਸ਼ਨ ਕਮਰਾ ਸੀ ਉਹਦੇ ਵਿੱਚ ਦੋਨਾਂ ਸੀਨੀਅਰ ਲੀਡਰ ਤੌੜਾ ਸਾਹਿਬ ਅਤੇ ਲੌਂਗੋਵਾਲ ਨੂੰ ਇਹਨਾਂ ਨੂੰ ਬਿਠਾ ਦਿੱਤਾ ਮੈਂ। ਮੈਂ ਕਿਹਾ ਤੁਸੀਂ ਨਹਾਓ ਧੋਓ ਚਾਹ ਪੀਓ ਠੰਡਾ ਪਾਣੀ ਪੀਓ, ਅਤੇ ਰੋਟੀ ਪਾਣੀ ਦਾ ਬੰਦੋਬਸਤ ਕੀਤਾ ਸੀ, ਬਾਕੀਆਂ ਨੂੰ ਦੂਜੇ ਕਮਰੇ 'ਚ ਰੱਖਤਾ ਜੀ, ਅਤੇ ਫਿਰ ਮੈਂ ਆਪਣੇ ਜਰਨੈਲ ਕੋਲ ਉਹਨਾਂ ਨੂੰ ਰਿਪੋਰਟ ਕਰਨ ਵਾਸਤੇ ਗਿਆ ਕਿ ਮੈਂ ਇਹ ਕੰਮ ਕੀਤਾ। ਕਹਿੰਦੇ ਬਿਲਕੁਲ ਠੀਕ ਕੀਤਾ, ਸਹੀ ਕੀਤਾ। ਅਤੇ ਬ੍ਰਿਗੇਡੀਅਰ ਸਾਹਿਬ, ਆਪਾਂ ਇਸ ਗੱਲ ਨੂੰ ਕੰਟੀਨਿਊ ਰੱਖਾਂਗੇ, ਹੁਣ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਇਸ ਤੋਂ ਬਾਅਦ ਜਿਹੜੇ ਹੋਰ ਵੀ ਅਹਿਮ ਜਿਹੜੇ ਮੁੱਦੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਤੁਸੀਂ ਸਾਡੇ ਨਾਲ ਜੁੜੇ ਰਹੋ। ਇਸੇ ਤਰ੍ਹਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ।